ਜਿਨ੍ਹਾਂ ਦਾ ਆਪਣਾ ਕੋਈ ਕਿਰਦਾਰ ਹੀ ਹੈ ਨਹੀਂ ਗਾ। ਉਹ ਲੋਕਾਂ ਦਾ ਕਿਰਦਾਰ ਦੇ ਉੱਤੇ ਸਵਾਲ ਚੁੱਕਦੇ ਫਿਰਦੇ ਨੇ ਵੀ ਤਿੰਨੋਂ ਹੀ ਬੰਦੇ ਸਿਰਸਰਾ ਸਮਾਜਵਾਦੀ ਇੱਕੋ ਹੀ ਪਾਰਟੀ ਦੇ ਬੰਦੇ ਕਿਉਂ ਵਾਰ ਵਾਰ ਨਸ਼ਾ ਵੇਚ ਕੇ ਫੜੇ ਜਾਂਦੇ ਨੇ? ਸਵਾਲ ਤਾਂ ਆਹ ਹੈ। ਇੱਕ ਮੂਰਤਾ ਕਰ ਰਿਹਾ ਵਾ, ਲੇਕਿਨ ਉਹਦੀ ਮਾਂ ਧੀ ਭੈਣ ਤੇ ਜਾਣ ਦਾ ਕੀ ਚੱਕਰ? ਹਟ ਹੀ ਨਹੀਂ ਰਿਹਾ, ਹਟ ਹੀ ਨਹੀਂ ਰਿਹਾ ਸਾਡੇ ਸੰਗਠਨ ਬਾਰੇ, ਸਾਡੇ ਲੋਕਾਂ ਬਾਰੇ, ਸਾਡੇ ਬੰਦਿਆਂ ਬਾਰੇ, ਸਾਡੇ ਪਰਿਵਾਰਾਂ ਬਾਰੇ ਬਕਵਾਸ ਲਿਖ ਰਹੇ ਹੋ। ਇਹਨਾਂ ਨੇ ਸਾਡੇ ਵਿੱਚ ਰਹਿ ਖੁਲਾਸੇ ਕੀਤੇ ਸੀ ਨਾ, ਇਹਨਾਂ ਨੇ ਕੀਤੇ ਸੀ ਰਾਣੇ ਗੁਰਜੀਤ ਦੇ ਖਿਲਾਫ਼ ਖੁਲਾਸੇ, ਇਹਨਾਂ ਨੇ ਖੁਦ ਕਿਹਾ, ਇਹਨਾਂ ਨੇ ਕੀਤੇ ਸਿਰਸਰਾ ਸਮਾਜਵਾਦੀ ਦੇ ਖਿਲਾਫ਼ ਵੀ ਖੁਲਾਸੇ, ਇਹਨਾਂ ਨੇ ਰੌਲਾ ਪਾਇਆ ਸੀ ਵੀ ਸਿਰਸਰਾ ਸਮਾਜਵਾਦੀ ਦਾ ਸ਼ਰਮਣਤਰੀ ਧੀ ਵੇਚਦਾ। ਇਹ ਜਦੋਂ ਜੰਮੇ ਨਾ, ਜਦੋਂ ਪੈਦਾ ਹੋਏ, ਉਸ ਤੋਂ ਜਦੋਂ ਇਹਨਾਂ ਨੂੰ ਦੇਖਣ ਲੱਗਿਆ ਸ਼ਿਵ ਸੈਨਾ 'ਚ ਗਨਮੈਨ ਹੈ, ਇਹ ਕਦੇ ਕਿਸੇ ਸੰਗਠਨ 'ਚ ਹੁੰਦੇ ਆ, ਕਦੇ ਕਿਸੇ 'ਚ ਹੁੰਦੇ ਆ, ਕਦੇ ਕਿਸੇ 'ਚ ਹੁੰਦੇ ਆ, ਆਪਣਾ ਕਿਰਦਾਰ ਨਹੀਂ, ਇੱਕ ਸਾਲ ਦੇ ਅੰਦਰ 6 ਸੰਗਠਨ ਬਦਲਣ ਵਾਲੇ ਲੋਕ, ਹੁਣ ਇਹ ਸਾਨੂੰ ਉਂਗਲਾਂ ਕਰਨਗੇ ਤੁਸੀਂ ਗਨਮੈਨ ਨੂੰ ਕਰਦੇ ਹੋ? ਅਗਰ ਮੈਂ 5 ਲੱਖ ਰੁਪਏ ਲੈ ਲਿਆ ਤਾਂ ਜੀ ਖਾਂ ਦੇ ਉੱਤੇ FIR ਸਟੈਂਡ ਕਿਉਂ ਕਰਦੀ ਪਈ ਆ ਦੱਸੋ? ਮੈਂ ਕਿਤੇ ਨੂੰ ਮਾਫ਼ੀਨਾਮਾ ਦਿੱਤਾ ਲਿਖ ਲਿਖ ਕੇ? ਇਹ ਲੋਕ ਉਸ ਪਾਰਟੀ 'ਚ ਗਏ ਸੀ ਕਿ ਸਾਨੂੰ ਗਨਮੈਨ ਆਉਣਾ ਹੈ, ਉਹਦੇ ਹੀ ਪਾਰਟੀ ਵਿੱਚ ਉਹਨਾਂ ਲੋਕਾਂ ਤੋਂ ਚਿੱਟਾ ਫੜਿਆ ਗਿਆ, ਗਨਮੈਨ ਜਿਹਦਾ ਇੱਕ 'ਚ ਆਉਣਾ ਸੀ ਸਾਰੇ ਦੇ ਕੈਂਸਲ ਹੋ ਗਏ। ਇਹ ਦੁੱਖ ਤਕਲੀਫ ਬੋਲ ਰਹੀ ਨਹੀਂ, ਆ ਸਾਡਾ ਸ਼ੇਰ ਆ, ਮੈਂ ਨੰਬਰ ਪਾਇਆ, ਤੂੰ ਇਹਨੂੰ ਗਾਲ ਕੱਢ ਕੇ ਦਿਖਾ, ਤੇਰੀ ਇਹ ਕਰ ਦੂੰ, ਤੇਰੀ ਉਹ ਕਰ ਦੂੰ, ਬਸ ਇੱਧਰ ਹੀ ਇੱਧਰ ਹੀ ਜਾ ਕੇ ਆਪਣੇ ਮੈਸੇਜ ਡਿਲੀਟ ਕਰ ਦੇਣੇ, ਜਿਹੜੇ ਆਪਾਂ ਗਾਲ ਕੱਢੀ ਉਹ ਆਪਾਂ ਡਿਲੀਟ ਕਰਤੀ, ਉਹਨਾਂ ਦੀ ਗਾਲਾਂ ਦੀ ਗੱਲ। ਅੱਛਾ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਉਹ ਪਲਾਸਟਿਕ ਡੋਰ ਵੇਚਦਾ ਸੀ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਉਹ 400 ਰੁਪਏ ਦੀ ਠੱਗੀਆਂ ਕਰਦਾ ਸੀ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਉਹਦੀ ਜੇਬ 'ਚ ਫੀਮ ਹੈ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਇਹ ਲੋਕ ਗਨਮੈਨ ਹੀ ਭਾਲਦੇ ਆ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਜੀ ਸਮਾਜ ਸੇਵਕ ਸ਼ਿਵ ਸੈਨਾ ਕਰਦੇ ਆ, ਅੱਜ ਤੱਕ ਕੰਮ ਹੀ ਕਿਹੜਾ ਕੀਤਾ ਤੁਸੀਂ? ਸ਼ਿਵ ਹੁਣ ਤਾਂ ਸ਼ਰਮਾ ਲੱਗੀ ਹੈ, ਦਿਲ ਕਰਦਾ ਵੀ ਸ਼ਿਵ ਸੈਨਾ ਦੀ ਰਾਜਨੀਤੀ ਛੱਡ ਦਈਏ, ਜਿਸ ਹਿਸਾਬ ਦੇ ਜਿਹੜੇ ਹਾਲਾਤ ਬਣ ਗਏ ਨੇ। ਸ਼ਿਵ ਸੈਨਾ ਮਤਲਬ ਗਨਮੈਨ, ਸ਼ਿਵ ਸੈਨਾ ਮਤਲਬ ਠੱਗੀਆਂ ਦਾ ਘਰ, ਸ਼ਿਵ ਸੈਨਾ ਮਤਲਬ ਸਮਝੋ ਬਾਹਰ ਭੇਜਣ ਨਾਲ ਠੱਗੀਆਂ ਦਾ ਘਰ, ਸ਼ਿਵ ਸੈਨਾ ਮਤਲਬ ਨੌਜਵਾਨ ਠੱਗੀਆਂ ਨਾਲ, ਸ਼ਿਵ ਸੈਨਾ ਮਤਲਬ ਨਸ਼ਾ ਵੇਚਣ ਦਾ ਘਰ। ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ, ਮੈਂ ਵਿਸ਼ਾਲ ਕਪੂਰ। ਸ਼ਿਵ ਸੈਨਾ ਸਮਾਜਵਾਦੀ ਵੱਲੋਂ ਆਰੋਪ ਲੱਗੇ ਸੀਗੇ, ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਜਿਹੜੇ ਹੈਗੇ ਨੇ ਪ੍ਰਧਾਨ ਨੇ ਰਾਜੀਵ ਟੰਡਨ ਅਤੇ ਗੋਰਾ ਥਾਪਰ 'ਤੇ ਇਲਜ਼ਾਮ ਲੱਗੇ ਸੀਗੇ ਮਾਨ ਦੇ ਉੱਤੇ, ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਉਹਨਾਂ ਦਾ ਵਰਸ਼ਨ ਲੈਣ ਉਸੇ ਪਹੁੰਚਿਆ। ਗੱਲਬਾਤ ਕਰਦਾ ਟੰਡਨ ਸਾਹਿਬ, ਕੀ ਮਾਮਲਾ ਹੈ, ਕੀ ਹੈ ਜੋ ਤੁਹਾਡੇ ਉੱਤੇ ਇਲਜ਼ਾਮ ਲੱਗ ਗਏ? ਕਿੱਥੋਂ ਹਿੰਦੂ ਸਮਾਜ ਦੀ ਗੱਲ ਹੁੰਦੀ ਹੈ ਤਾਂ ਉੱਥੇ ਜਾ ਕੇ ਸਾਨੂੰ ਪਹਿਲੇ ਸ਼ਿਵ ਸੈਨਾ ਪੈਸਾ ਲੈ ਲੈਂਦੀ ਹੈ? ਜੇਕਰ ਵੀਰ ਬਜਰੰਗੇ ਜਿਨਕਾ ਆਪਣਾ ਕੋਈ ਕਿਰਦਾਰ ਨਹੀਂ ਵੋ ਲੋਕੋ ਕਾ ਕਿਰਦਾਰ ਢੂੰਡਤੇ ਫਿਰਤੇ ਹੈ, ਜਿਨਕਾ ਆਪਣਾ ਕੋਈ ਕਾਰੋਬਾਰ ਨਹੀਂ ਵੋ ਲੋਕੋ ਕਾ ਕਾਰੋਬਾਰ ਦੇਖਤੇ ਫਿਰਤੇ ਹੈ, ਜਿਨ੍ਹਾਂ ਦਾ ਆਪਣਾ ਕੋਈ ਕਿਰਦਾਰ ਹੀ ਹੈ ਨਹੀਂ ਗਾ, ਉਹ ਲੋਕਾਂ ਦਾ ਕਿਰਦਾਰ ਦੇ ਉੱਤੇ ਸਵਾਲ ਚੁੱਕਦੇ ਫਿਰਦੇ ਨੇ, ਜਿਨ੍ਹਾਂ ਦੇ ਵਿਅਕਤੀ ਨਸ਼ੇ 'ਚ ਫੜੇ ਜਾਂਦੇ ਨੇ ਉਹ ਲੋਕ ਦੂਜਿਆਂ ਉੱਤੇ ਸਵਾਲ ਕਰਦੇ ਫਿਰਦੇ ਨੇ। ਪਾਰਟੀ ਤੁਹਾਡੀ ਸੀਗਾ ਨਾ ਪਹਿਲੇ, ਉਹ ਸ਼ਖਸ ਜਿਹੜਾ ਫੜਿਆ ਗਿਆ ਚਿੱਟੇ ਦੇ ਵਿੱਚ ਜਿਹਦੇ ਉੱਤੇ NDPS ਦਾ ਮੁਕੱਦਮਾ ਜਿਹੜਾ ਦਰਜ ਹੋਇਆ ਵਾ, ਚਾਹਾਂਗਾ ਇਹਦੀ ਜਾਂਚ ਹੋਣੀ ਚਾਹੀਦੀ ਹੈ। ਪਿਛਲੇ 15 ਸਾਲਾਂ ਤੋਂ ਉਹ ਵਿਅਕਤੀ ਸ਼ਿਵ ਸੈਨਾ ਸਮਾਜਵਾਦੀ 'ਚ ਹੈ, ਉਹਨੂੰ ਲੈਣ ਵਾਲੇ ਲੈ ਕੇ ਆਉਣ ਵਾਲੇ ਅਜੇ ਮਿਸ਼ਰਾ, ਪ੍ਰਿੰਸ ਸ਼ਰਮਾ, ਜਤਿੰਦਰ ਸੋਨੂ, ਉਹ ਉਹਨੂੰ ਲੈ ਕੇ ਆਇਆ ਸੀ ਕੁਛ ਦੇਰ ਲਈ ਸਾਡੇ ਕੋਲ ਪਾਰਟੀ 'ਚ, ਲੇਕਿਨ ਉਹੀ ਫੋਟੋਆਂ ਤੁਹਾਡੀ ਵਾਇਰਲ ਕੀਤੀਆਂ, ਉਹੀ ਸੁਣ ਲਓ ਕੀਤੀ ਨਾ ਤੁਸੀਂ, ਕਹਿਤਾ ਵੀ ਆ ਯਾਰ ਬੰਦਾ ਲੈ ਕੇ ਆਉਣਾ, ਮੈਂ ਨਹੀਂ ਜਾਣਦਾ ਗੁਰਜੀਤ ਰਾਣਾ ਕੌਣ ਹੈ, ਰਾਣਾ ਗੁਰਜੀਤ ਕੌਣ ਹੈ, ਵੀਰ ਨੂੰ ਆਪਾਂ ਪਾਰਟੀ 'ਚ ਲੈਣਾ ਭਾਈ, ਸੋਫਾ ਪਾ ਦਿਉ, ਆਪਾਂ ਪਾਤਾ। ਜਦੋਂ ਜਸਰੋਪਾ ਪਾਉਣ ਤੋਂ ਬਾਅਦ ਸਮਾਜ ਦੇ ਲੋਕਾਂ ਦੇ ਫੋਨ ਆਉਂਦੇ ਆ, ਭਾਅ ਜੀ ਮੇਰੇ ਪੈਸੇ ਦਵਾ ਦਿਉ, ਇਹਨੇ ਬਾਹਰ ਭੇਜਣ ਨਾਮ 'ਤੇ ਇਹਦੇ ਪਰਿਵਾਰ ਨੇ ਠੱਗੀ ਮਾਰੀ, ਇਹਨੇ ਠੱਗੀਆਂ ਮਾਰੀਆਂ ਹੋਈਆਂ। ਜਦੋਂ ਤੁਹਾਨੂੰ ਸ਼ਿਕਾਇਤਾਂ ਆਉਂਦੀਆਂ ਫਿਰ ਤੁਸੀਂ ਕੀ ਕਰਦੇ ਹੋ? ਕੋਈ ਇਲਾਜ ਕਰੂੰਗੇ ਨਾ ਉਹਦਾ? ਬਿਲਕੁਲ, ਫਿਰ ਅਸੀਂ ਉਹ ਕੱਢ ਕੇ ਬਾਹਰ ਮਾਰਿਆ ਪਾਰਟੀ 'ਚੋਂ। ਦੱਸੋ ਨਾ ਫਿਰ, ਜ਼ਿਆਦਾ ਟਾਈਮ ਤਾਂ 15 ਸਾਲਾਂ 'ਚ ਅਗਰ 10 ਦਿਨ ਸਾਡੇ ਕੋਲ ਰਹਿ ਵੀ ਗਿਆ ਹੋਣਾ ਗਲਤੀ ਦੇ ਨਾਲ, ਤਾਂ ਜ਼ਿੰਮੇਦਾਰ ਕੌਣ ਅਸੀਂ ਹੋ ਗਏ? ਫੜਿਆ 10 ਦਿਨ ਗਿਆ ਵਾ। ਪਹਿਲੀ ਗੱਲ ਸੁਣੋ, ਜਲੰਧਰ 'ਚ ਇੱਕ ਬੰਦਾ ਫੜਿਆ ਜਾਂਦਾ, ਬਿਲਕੁਲ
ਸਫੀਮ ਵਿੱਚ ਸਫੀਮ ਦੀ ਬਾਹਰ ਸਪਲਾਈ ਕਰ ਰਿਹਾ, ਉਹ ਕਿਹਦਾ ਵਿਅਕਤੀ ਹੈ? ਸਮਾਜਵਾਦੀ ਦਾ। ਪਠਾਨਕੋਟ ਫੜਿਆ ਗਿਆ, ਸ਼ਿਵ ਸੈਨਾ ਪੰਜਾਬ ਦਾ ਬੰਦਾ, ਸੁਣ ਲਓ, ਫੜਿਆ ਗਿਆ ਨਾ, ਫਿਰ ਸਜ਼ਾ ਹੋ ਗਈ ਨਾ। ਮੈਂ ਕਿਹੜਾ ਮੰਨਦਾ ਨਹੀਂ ਹਾਂ ਜਦ ਸ਼ਿਵ ਸੈਨਾ ਕੋਈ ਬੰਦਾ, ਮੈਂ ਤਾਂ ਇਹ ਗੱਲ ਕਹਿੰਦਾ ਸ਼ਿਵ ਸੈਨਾ ਵਿਅਕਤੀ ਕੋਈ ਵੀ ਗਲਤ ਕੰਮ ਕਰਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ, ਅਸੀਂ ਕੀ ਕਹਿ ਰਹੇ ਹਾਂ। ਦੂਜੀ ਗੱਲ, ਫਿਰ ਫੜਿਆ ਜਾਂਦਾ ਲੁਧਿਆਣੇ ਤੋਂ ਸ਼ਰਵਣਤਰੀ, ਉਹ ਵੀ ਫੀਮ ਦਾ ਪਰਚਾ ਦਰਜ ਹੁੰਦਾ, ਉਹ ਵੀ ਸਮਾਜਵਾਦੀ 'ਚ ਹੁੰਦਾ ਉਸ ਵਕਤ। ਜਿਹੜਾ ਆਹ ਫੜਿਆ ਗਿਆ, ਇਹਨੇ ਤਾਂ ਪਹਿਲਾਂ ਗਣਮੈਨ ਵਾਪਸ ਲੈਣ ਲਈ ਪਿੰਡ ਵਾਲੇ ਦੀ ਫੋਟੋ ਉਹਦੀ ਛੇੜਛਾੜ ਕਰਕੇ ਫੇਸਬੁੱਕ 'ਤੇ ਫੋਟੋ ਅਪਲੋਡ ਕਰ ਦਿੱਤੀ ਜਾਂਦੀ ਹੈ ਵੀ ਮੈਨੂੰ ਥਰੈਟ ਆਊਗੀ, ਮੈਨੂੰ ਗਣਮੈਨ ਮਿਲ ਜਾਣਗੇ, ਠੀਕ ਹੈ ਨੀ। ਲੇਕਿਨ ਐਬੋਵਾਲ 'ਚ ਪਰਚਾ ਦਰਜ ਹੋ ਗਿਆ, ਐਬੋਵਾਲ ਪਰਚਾ ਦਰਜ ਹੁੰਦਾ, ਪੁਲਿਸ ਜਦੋਂ ਉਹਨੂੰ ਰੇਡ ਮਾਰਨ ਜਾਂਦੀ ਹੈ, ਜਦੋਂ ਉਹਨੂੰ ਫੜਨ ਜਾਂਦੀ ਉਹਦੀ ਜੇਬ 'ਚੋਂ ਚਿੱਟਾ ਬਰਾਮਦ ਹੁੰਦਾ, ਇਹਦਾ ਦੋਸ਼ੀ ਕੌਣ ਹੈ ਦੱਸੋ ਨਾ। ਗੱਲ ਸਵਾਲ ਇਹ ਹੈ ਵੀ ਤਿੰਨੋਂ ਹੀ ਬੰਦੇ ਸ਼ਿਵ ਸੈਨਾ ਸਮਾਜਵਾਦੀ ਦੇ, ਇੱਕੋ ਹੀ ਪਾਰਟੀ ਦੇ ਬੰਦੇ ਕਿਉਂ ਵਾਰ ਵਾਰ ਨਸ਼ਾ ਵੇਚਦੇ ਫੜੇ ਜਾਂਦੇ ਨੇ? ਸਵਾਲ ਤਾਂ ਆਹ ਹੈ, ਤਕਲੀਫ ਹੋਈ ਹੈ ਵੀ ਨਸ਼ੇ ਦਾ ਮੁੱਦਾ ਕਿਉਂ ਚੱਕਦੇ ਹੋ, ਵੀ ਇਹ ਕਿਉਂ ਕਹਿੰਦੇ ਹੋ ਵੀ ਇੱਕੋ ਪਾਰਟੀ ਦੇ ਬੰਦੇ ਵਾਰ ਵਾਰ ਨਸ਼ਾ ਦੇ ਫੜੇ ਜਾਂਦੇ? ਕਿਉਂ, ਗੱਲ ਇੱਕੋ ਹੀ ਗੱਲ ਹੈ, ਗਨਮੈਨ ਥਾਪਰ ਸਾਹਿਬ, ਵੀ ਗਨਮੈਨ ਕਿੱਦਾਂ ਮਿਲਣੇ ਸਾਨੂੰ, ਗਨਮੈਨ ਦੱਸਿਓ। ਅੱਜ ਫਰਮਾਨ ਆ ਗਿਆ ਨਾ, ਹਾਈਕੋਰਟ ਨੇ ਵੀ ਫਟਕਾਰ ਲਗਾ ਦੀ ਡੀਜੀਪੀ ਦੀ ਕਿ SOP ਜਿਹੜਾ ਹੁਣ ਦੇਖੇਗੀ 3 ਲੱਖ ਤੋਂ ਜਿਹਦੀ ਇਨਕਮ ਹੈਗੀ ਉਸ ਨੂੰ ਗਨਮੈਨ ਦਿੱਤਾ ਕਿ, ਚਲੋ ਉਹ ਹਾਈਕੋਰਟ ਦੀ, ਅਸੀਂ ਜੋ ਵੀ ਆਇਆ ਵਾ ਅਸੀਂ ਉਹਦਾ ਸਰਾਹਨਾ ਕਰਦੇ ਹਾਂ। ਸਵਾਲ ਇੱਕ ਇਹ ਹੈ ਜਿਹਨੂੰ ਥਰੈਟ ਹੈ ਅਸਲੀ, ਜਿਹੜਾ ਸਮਾਜ ਲਈ ਕੰਮ ਕਰਦਾ ਉਹਨੂੰ ਅਗਰ ਕੋਈ ਗਨਮੈਨ ਮਿਲਦੇ ਆ ਅਸੀਂ ਉਹਦਾ ਵਿਰੋਧ ਨਹੀਂ ਕਰਦੇ, ਪਰ ਇਹ ਨਹੀਂ ਵੀ ਆਹ ਮੇਰੇ ਨਾਲ ਚੱਲਦਾ ਇਹਨੂੰ ਵੀ ਗਨਮੈਨ ਦੇ ਦਿਉ, ਇਹਨੂੰ ਵੀ ਦੇ ਦਿਉ, ਅਸੀਂ ਉਹ ਗੱਲ ਕਰਦੇ ਵੀ ਬੰਦੇ ਦਾ ਕਰੈਕਟਰ ਤਾਂ ਦੇਖਿਆ ਜਾਵੇ, ਬੰਦੇ ਦਾ ਕਾਰੋਬਾਰ ਤਾਂ ਦੇਖਿਆ ਜਾਵੇ। ਲੇਕਿਨ ਜਿਹੜੇ ਦੋਸ਼ਕ ਤੁਹਾਡੇ ਖਿਲਾਫ ਇੰਟਰਵਿਊ ਜਿਹੜੇ ਕਰ ਰਹੇ ਨੇ, ਇਹ ਵੀ ਤੁਹਾਡੀ ਪਾਰਟੀ ਰਹੇ, ਇਹਨਾਂ ਨੇ ਤਾਂ ਖੁਲਾਸੇ ਕੀਤੇ, ਤੁਹਾਡੇ ਵਿੱਚ ਹੀ ਰਹਿ ਕੇ ਖੁਲਾਸੇ ਕੀਤੇ ਨੇ? ਇਹਨਾਂ ਨੇ ਸਾਡੇ ਵਿੱਚ ਰਹਿ ਕੇ ਖੁਲਾਸੇ ਕੀਤੇ ਸੀ ਨਾ, ਇਹਨਾਂ ਨੇ ਕੀਤੇ ਸੀ ਰਾਣੇ ਗੁਰਜੀਤ ਦੇ ਖਿਲਾਫ ਖੁਲਾਸੇ, ਇਹਨਾਂ ਨੇ ਖੁਦ ਕਿਹਾ, ਇਹਨਾਂ ਨੇ ਕੀਤੇ ਸ਼ਿਵ ਸੈਨਾ ਸਮਾਜਵਾਦੀਆਂ ਦੇ ਖਿਲਾਫ ਵੀ ਖੁਲਾਸੇ, ਇਹਨਾਂ ਨੇ ਰੋਲਾ ਪਾਇਆ ਸੀ ਵੀ ਸ਼ਿਵ ਸੈਨਾ ਸਮਾਜਵਾਦੀ ਦਾ ਸ਼ਰਵਣਤਰੀ ਫੀਮ ਵੇਚਦਾ। ਤੇ ਅੱਜ ਪਲਟੀ ਕਿਉਂ ਮਾਰ ਕੇ ਫਿਰ? ਇਹ ਪਲਟੀ ਕਰੈਕਟਰ, ਮੈਂ ਕੀ ਕਹਿ ਰਿਹਾ, ਜਿੰਨ ਕਾ ਕੋਈ ਕਿਰਦਾਰ ਨਹੀਂ ਹੁੰਦਾ ਉਹ ਲੋਕੋ ਕਾ ਕਿਰਦਾਰ ਢੂੰਡਦੇ ਫਿਰਦੇ ਆ, ਆਪਣਾ ਕੋਈ ਕਿਰਦਾਰ ਨਹੀਂ ਨਾ, ਦੂਜਿਆਂ ਤੇ ਉਂਗਲ ਚੱਕਣੀ ਬੜੀ ਆਸਾਨ ਹੁੰਦੀ। ਤੇ ਜੀ ਖਾਨ ਦੇ ਮਾਮਲੇ 'ਚ ਕੀ ਹੋਇਆ ਚੰਨਾ ਸਾਹਿਬ? ਜੀ ਖਾਨ ਦੇ ਮਾਮਲੇ ਦੇ ਵਿੱਚ ਜਦੋਂ ਲੁਧਿਆਣਾ ਸ਼ਹਿਰ ਦੇ ਵਿੱਚ ਗਣਪਤੀ ਮਹੋਤਸਵ ਹੁੰਦਾ, ਗਣਪਤੀ ਮਹੋਤਸਵ ਦੇ ਵਿੱਚ ਉਹਨੇ ਗਾਣਾ ਗਾਉਂਦਾ ਚੋਲੀ ਕੇ ਪਿੱਛੇ ਕਿਹਾ ਹੈ, ਹਿੰਦੂ ਸਮਾਜ 'ਚ ਬੜਾ ਰੋਸ ਸੀ, ਸ਼ਿਵ ਸੈਨਾ ਪੰਜਾਬ ਨੇ ਹੀ ਅੱਗੇ ਹੋ ਕੇ ਉਹਦੇ ਉੱਤੇ FIR ਦਰਜ ਕਰਾਈ। FIR ਦਰਜ ਕਰਾਉਣ ਤੋਂ ਬਾਅਦ ਸਮਾਜ ਦੇ ਲੋਕਾਂ ਦੁਆਰਾ ਉਹਦਾ ਕਾਰੋਬਾਰ ਬੰਦ ਹੋਇਆ। ਮੈਨੂੰ ਕੀ ਫਰਕ ਪਿਆ ਜੀ ਖਾਨ ਦਾ, ਉਹਨੂੰ ਇਫੈਕਟ ਪਿਆ, ਉਹਦਾ ਕਾਰੋਬਾਰ ਦੀ ਖਤਮ ਹੋਇਆ। ਉਹਨੇ ਕੀ ਕਿਹਾ ਵੀ ਮੈਂ ਸਮਾਜ ਕੋਲੋਂ ਮਾਫ਼ੀ ਮੰਗਣਾ ਚਾਹੁੰਦਾ। ਲੇਕਿਨ ਤੁਸੀਂ ਆਹ ਵੀ ਗੱਲ ਕੀਤੀ, ਸਮਾਜ ਕਿਸੇ ਵੀ ਮੁਸਲਿਮ ਸਮੁਦਾਇ ਦੇ ਕੋਲ ਗੀਤ ਭੇਟਾ ਨਹੀਂ ਗਵਾਊਗਾ। ਪਹਿਲਾਂ ਗੱਲ ਤਾਂ ਸੁਣ ਲਓ ਨਾ, ਅਸੀਂ ਉਹਨੂੰ ਕੀ ਕਿਹਾ ਵੀ, ਉਹ ਕੀ ਕਹਿੰਦਾ ਵੀ ਮੈਂ ਸਮਾਜ ਤੋਂ ਮਾਫ਼ੀ ਮੰਗਣਾ ਚਾਹੁੰਦਾ, ਮੈਂ ਵੀ ਤੁਹਾਡੇ ਦੇਵੀ ਦੇਵਤਿਆਂ ਤੋਂ ਮਾਫ਼ੀ ਮੰਗਣਾ ਚਾਹੁੰਦਾ, ਮੈਂ ਭਗਵਾਨ ਭੋਲੇਨਾਥ ਤੋਂ ਮਾਫ਼ੀ ਮੰਗਣਾ ਚਾਹੁੰਦਾ। ਅਗਰ ਸ਼ੰਗਲਾ ਸ਼ਵਾਲੇ ਆ ਕੇ ਉਹਨੇ ਭਗਵਾਨ ਭੋਲੇਨਾਥ ਅੱਗੇ ਸਮਕਸ਼ ਹੋ ਕੇ ਉਹਨੇ ਅਗਰ ਮਾਫ਼ੀ ਮੰਗੀ ਤਾਂ ਕਿਸੇ ਨੂੰ ਇਤਰਾਜ਼ ਕੀ ਹੈ? ਮੈਂ ਤਾਂ ਨਹੀਂ ਉਹਨੂੰ ਮਾਫ਼ ਕਰਤਾ, ਜਵਾਬ ਦਿਓ ਮੇਰੀ ਗੱਲ। ਉਹਨੇ ਮਾਫ਼ੀ ਭਗਵਾਨ ਭੋਲੇਨਾਥ ਤੋਂ ਮੰਗੀ, ਰਾਜੀਵ ਟੰਡਨ ਨੇ ਆਪਣੀ ਕੰਪਲੇਂਟ ਤਾਂ ਨਹੀਂ ਵਾਪਸ ਲੈ ਲਈ, ਦੱਸੋ ਨਾ, ਪ੍ਰਵੀਨ ਡੰਗ ਨੇ ਆਪਣੀ ਕੰਪਲੇਂਟ ਵਾਪਸ ਤਾਂ ਨਹੀਂ ਲੈ ਲਈ, ਹੋਰ ਸੰਗਠਨਾਂ ਦੁਆਰਾ ਜਿਹੜੀ ਕੰਪਲੇਂਟ ਪਾਈ ਗਈ ਸੀ ਉਹਨਾਂ ਨੇ ਵਾਪਸ ਤਾਂ ਨਹੀਂ ਲੈ ਲਈ, ਅੱਜ ਵੀ ਉਹਦੇ ਉੱਪਰ FIR ਸਟੈਂਡ ਕਰਦੀ ਹੈ। ਲੇਕਿਨ ਤੁਹਾਡੇ ਉੱਤੇ ਇਲਜ਼ਾਮ ਲੱਗੇ ਸੀ ਕਿ 5 ਲੱਖ ਰੁਪਏ ਲੈ ਕੇ ਫੈਸਲਾ ਹੋ ਗਿਆ ਤੇ ਉਸ ਤੋਂ ਬਾਅਦ ਸੈਲਫੀਆਂ ਖਿਚਾਈਆਂ ਗਈਆਂ, ਤੁਹਾਡਾ ਇੱਕ ਕਾਕਾ ਸੀਗਾ ਜਿਹੜਾ ਨਾਲ ਸੀ? ਖਿਚਾਈਆਂ ਹੋਣਗੀਆਂ ਮੈਨੂੰ ਨਹੀਂ ਪਤਾ, ਜਿਹੜੀ ਗੱਲ ਕਹਿਣ ਵਾਲੀ ਗੱਲ ਹੈ, ਅਗਰ ਮੈਂ 5 ਲੱਖ ਰੁਪਏ ਲੈ ਲਿਆ ਤਾਂ ਜੀ ਖਾਨ ਦੇ ਉੱਤੇ FIR ਸਟੈਂਡ ਕਿਉਂ ਕਰਦੀ ਪਈ ਹੈ ਦੱਸੋ? ਮੈਂ ਕਿਤੇ ਉਹਨੂੰ ਮਾਫ਼ੀਨਾਮਾ ਦਿੱਤਾ ਲਿਖ ਕੇ ਵੀ ਰਾਜੀਵ ਟੰਡਨ ਰਾਜੀਵ ਖਾਨ ਤੋਂ ਮਾਫ਼ ਕਰਦਾ? ਦੱਸੋ ਨਾ, ਇੱਕ ਫੈਸਲਾ ਦਿੱਤਾ ਸੀਗਾ ਉੱਥੇ, ਤੁਸੀਂ ਸਾਫ਼ ਕਿਹਾ ਸੀਗਾ ਕਿ ਕੋਈ ਵੀ ਮੁਸਲਿਮ ਸਮਾਜ ਦਾ ਵਿਅਕਤੀ ਜਿਹੜਾ ਸਾਡੇ ਹਿੰਦੂ ਧਾਰਮਿਕ ਸਮਾਜ ਦੇ ਗਾਣੇ ਨਹੀਂ ਗਾਊਗਾ, ਭੇਟਾਂ ਨਹੀਂ ਗਾਊਗਾ। ਇਹ ਨਹੀਂ ਮੈਂ ਕਿਹਾ, ਮੈਂ ਇੱਕ ਗੱਲ ਕਹੀ ਵੀ ਹਿੰਦੂ ਸਮਾਜ ਨੂੰ ਵੀ ਅਗਰ ਘਰ 'ਚ ਜਗਰਾਤਾ, ਮੇਰੇ ਘਰ ਕੋਈ ਜਗਰਾਤਾ ਹੋਊਗਾ, ਮੇਰੇ ਸਾਡੇ ਮੰਦਰਾਂ 'ਚ ਜਗਰਾਤੇ ਕਰਾਉਂਦੇ ਹੋ ਤਾਂ ਹਿੰਦੂ ਗਾਇਕ ਕੋਲੋਂ ਜਗਰਾਤਾ ਕਰਾਇਆ ਜਾਵੇ।
ਫਿਰ ਬੰਟੀ ਬਾਬੇ ਤੇ ਤੁਸੀਂ ਬੈਠੇ ਹੋਏ ਸੀਗੇ, ਮੇਲਾ ਕਰਾਇਆ ਬੰਟੀ ਬਾਬੇ ਨੇ, ਮਹਿਫਿਲ ਕਰਾਈ ਹੈ ਬੰਟੀ ਬਾਬੇ ਨੇ, ਜਗਰਾਤਾ ਨਹੀਂ ਕਰਾਇਆ ਉਹਨੇ, ਪ੍ਰੇਮ ਦਾ ਬਣਾਇਆ ਮੰਦਿਰ ਨਹੀਂ। ਸੁਣੋ ਮੇਰੀ ਗੱਲ, ਉੱਥੇ ਹੈਦਰ ਸ਼ੇਖ ਬਾਬਾ ਜੀ ਦਾ ਸਥਾਨ ਹੈ, ਲਖਦਾ ਤੇ ਖਵਾਜਾ ਜੀ ਦਾ ਸਥਾਨ ਹੈ, ਉਹਨਾਂ ਨੇ ਮੇਲਾ ਕਰਾਇਆ, ਮੇਲੇ 'ਚ ਉਹਨਾਂ ਨੇ ਮੁਸਲਿਮ ਗਾਇਕ ਬੁਲਾਏ, ਉਹਨਾਂ ਦਾ ਆਪਣਾ ਅਧਿਕਾਰ ਹੈ, ਮਹਿਫਿਲ ਕਰਾਈ। ਇਲਜ਼ਾਮ ਤੁਹਾਡੇ ਤੇ ਲੱਗੇ, ਇੱਕ ਪਾਸੇ ਤੁਸੀਂ ਕਹਿੰਦੇ ਹੋ ਮੁਸਲਿਮ ਸਮੁਦਾਇ ਦੇ ਲੋਕ ਭੇਟਾਂ ਨਹੀਂ ਕਰਨਗੇ, ਲੇਕਿਨ ਤੁਸੀਂ ਇੱਕ ਪਾਸੇ ਬੈਠੇ ਸੀਗੇ, ਇਹ ਇਲਜ਼ਾਮ ਲੱਗੇ ਤੁਹਾਡੇ ਤੇ? ਮੈਂ, ਮੇਰੀ ਦੁਸ਼ਮਣੀ ਥੋੜੀ ਮਾਸਟਰ ਸਲੀਮ ਨਾਲ, ਮੈਂ ਤਾਂ ਇਹ ਕਿਹਾ ਵੀ ਮੰਦਿਰ 'ਚ ਮੇਰੇ ਜਗਰਾਤਾ ਹੋਊਗਾ, ਮੇਰੇ ਘਰ ਕੋਈ ਜਗਰਾਤਾ ਹੋਵੇ, ਮੈਂ ਕਿਸੇ ਮੁਸਲਿਮ ਗਾਇਕ ਕੋਲ ਮੈਂ ਜਗਰਾਤਾ ਨਹੀਂ ਕਰਾਊਂਗਾ। ਗੱਲ ਸਮਝੋ ਮੇਰੀ ਗੱਲ, ਉੱਥੇ ਅੱਲਾਹੂ ਹੋ ਰਹੀ ਸੀਗੀ, ਜਿੱਥੇ ਮਹਿਫਿਲ ਚੱਲ ਰਹੀ ਸੀ ਉੱਥੇ ਅੱਲਾਹੂ ਹੋ ਰਹੀ। ਅਗਰ ਉੱਥੇ ਮੈਂ ਕੋਈ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਕਰਵਾ ਲਿਆ ਤਾਂ ਗਲਤ ਹੋ ਗਿਆ? ਕਿਉਂ ਦਾਬਰ ਸਾਹਿਬ, ਹੈਂ, ਅਗਰ ਉੱਥੇ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਕਰਾਇਆ ਕੋਈ ਗਲਤ ਕਰ ਲਿਆ? ਜਿੱਥੇ ਅੱਲਾਹੂ ਦੇ ਜੇਕਾਰੇ ਲੱਗ ਰਹੇ, ਜਿੱਥੇ ਬਾਬੇ ਹੈਦਰ ਸ਼ੇਖ ਨੂੰ ਯਾਦ ਕੀਤਾ ਜਾ ਰਿਹਾ, ਜਿੱਥੇ ਲਖਦਾਤੇ ਸਰਕਾਰ ਨੂੰ ਯਾਦ ਕੀਤਾ ਜਾ ਰਿਹਾ, ਜਿੱਥੇ ਖਵਾਜਾ ਜੀ ਨੂੰ ਯਾਦ ਕੀਤਾ ਜਾ ਰਿਹਾ, ਅਗਰ ਉੱਥੇ ਅਗਰ ਮੇਰੇ ਪ੍ਰਭੂ ਸ਼੍ਰੀ ਰਾਮ ਜੀ ਦਾ ਉਦਘੋਸ਼ ਜਾਂ ਭਜਨ ਹੋ ਰਿਹਾ ਤਾਂ ਗਲਤ ਕੀ ਹੈ? ਦੱਸੋ ਨਾ ਥਾਪੜ ਸਾਹਿਬ, ਤੁਸੀਂ ਇਹ ਕਮੈਂਟ 'ਚ ਗਾਲਾਂ ਕਿਉਂ ਲਿਖਤੀਆਂ? ਇੰਨੇ ਸੂਝਵਾਨ ਵਿਅਕਤੀ ਹੋ, ਇੰਨੀ ਉਮਰ ਹੋ ਗਈ ਆ, ਲੇਕਿਨ ਉਹ ਗਾਲਾਂ ਵੀ ਪੜਨ ਵਾਲੀਆਂ ਨਹੀਂ ਹੈਗੀਆਂ ਜੋ ਉਹਨੇ ਗੰਦੀ ਗਾਲਾਂ ਲਿਖੀਆਂ। ਉਹ ਦੇਖੋ, ਮੇਰੇ ਸੰਗਠਨ ਦੇ ਬਾਰੇ, ਮੇਰੇ ਪਰਿਵਾਰ ਬਾਰੇ, ਮੇਰੇ ਜਿਹੜੇ ਨਾਲ ਚੱਲਦੇ ਉਹਨਾਂ ਦੇ ਬਾਰੇ ਜੇ ਕੋਈ ਬੰਦਾ ਬਦਤਮੀਜ਼ੀ ਨਾਲ ਗੱਲ ਕਰੂਗਾ, ਠੀਕ ਆ, ਉਹਨੇ ਆਪਣੇ ਡਿਲੀਟ ਕਰਤੇ ਕਮੈਂਟ, ਮੇਰੀ ਗਲਤੀ ਕਿ ਮੈਂ ਕੀਤੇ ਨਹੀਂ। ਲੇਕਿਨ ਧੀ ਭੈਣ ਅਤੇ ਮਾਂ ਤੇ ਨਹੀਂ ਜਾ ਸਕਦੇ ਨਾ? ਮੈਂ ਤੁਹਾਡੀ ਸਾਰੀ ਗੱਲ ਮੰਨ ਗਿਆ ਵੀ ਉਹ ਮੇਰੀ ਗਲਤੀ ਸੀਗੀ, ਮੈਂ ਤਾਂ ਆਨਲਾਈਨ ਪਹਿਲਾਂ ਵੀ ਕਿਹਾ ਗਲਤੀ ਇਹ ਸੀ, ਹੁਣ ਸ਼ੁਰੂਆਤ ਕੀਤੀ, ਮੈਂ ਜਵਾਬ ਦਿੱਤਾ। ਮਾਨ ਸਾਹਿਬ, ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾਂ, ਤੁਸੀਂ ਤਾਂ ਵਿਅਕਤੀ ਸੂਝਵਾਨ ਹੋ, ਤੁਸੀਂ ਪੜ੍ਹੇ ਲਿਖੇ ਵੀ ਹੋ, ਇੱਕ ਮੂਰਤਾ ਕਰ ਰਿਹਾ ਵਾ, ਲੇਕਿਨ ਉਹਦੀ ਮਾਂ ਧੀ ਭੈਣ ਤੇ ਜਾਣ ਦਾ ਕੀ ਚੱਕਰ? ਹਟ ਹੀ ਨਹੀਂ ਰਿਹਾ, ਹਟ ਹੀ ਨਹੀਂ ਰਿਹਾ ਸਾਡੇ ਸੰਗਠਨ ਬਾਰੇ, ਸਾਡੇ ਲੋਕਾਂ ਬਾਰੇ, ਸਾਡੇ ਬੰਦਿਆਂ ਬਾਰੇ, ਸਾਡੇ ਪਰਿਵਾਰਾਂ ਬਾਰੇ ਬਕਵਾਸ ਲਿਖ ਰਹੇ ਹੋ। ਲੇਕਿਨ ਉਹ ਤਾਂ ਗੇਮ ਖੇਲ ਗਿਆ, ਇੱਕ ਗੇਮ ਤਾਂ ਖੇਲ ਲਿਖਿਆ। ਉਮੀਦ ਜਿਤਾਈ ਗਈ ਸੀ, ਮੈਂ ਦੱਸਦਾ ਉਹਨੂੰ, ਇੱਕ ਉਮੀਦ ਜਿਤਾਈ, ਥਾਪਰ ਸਾਹਿਬ ਗੱਲਾਂ ਸੁਣੋ, ਉਹਨੂੰ ਉਮੀਦ ਜਿਤਾਈ ਗਈ ਸੀ ਕਾਕਾ ਤੇਰਾ ਵੀ ਗਣ ਮੈਂ ਆਉਣ ਵਾਲਾ, ਔਰ ਉਹਨੇ ਤੋਂ ਬਾਅਦ ਗਣ ਮੈਂ ਨਹੀਂ ਆਣੇ। ਲੇਕਿਨ ਤੁਹਾਡੇ ਨਾਲ ਤਾਂ ਗੇਮ ਖੇਲ ਗਿਆ ਨਾ, ਉਹ ਆਪਣੇ ਡਿਲੀਟ ਕਰਕੇ ਤੁਹਾਡੇ ਕਹਿਣ ਦੇ ਮੁਤਾਬਿਕ। ਕੋਈ ਨਹੀਂ, ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ, ਬੜਾ ਵਧੀਆ ਪ੍ਰੋਸੈਸ ਹੁੰਦਾ ਵਾ, ਜੋ ਡਿਲੀਟ ਕਰਕੇ 10 ਸਾਲ ਪੁਰਾਣੀ ਚੀਜ਼ ਵੀ ਸਾਈਬਰ ਸੈੱਲ ਕੱਢ ਦਿੰਦਾ ਵਾ। ਅਸੀਂ ਕੰਪਲੇਂਟ ਨਹੀਂ ਬਣੀ, ਜਵਾਕ ਹੈਗਾ ਵਾ, ਉਹਦੀ 8000 ਵਿਚਾਰੇ ਦੀ ਤਨਖਾਹ ਵਾ, ਅਸੀਂ ਨਹੀਂ ਚਾਹੁੰਦੇ ਕਿ ਉਹਦਾ। ਮੇਰੀ ਬੇਨਤੀ ਸੁਣੋ ਮਾਨ, ਪਤਾ ਕੀ ਹੁੰਦਾ, ਅਗਰ ਵਟਸਐਪ ਤੇ ਕੋਈ ਡਿਲੀਟ ਕਰਦਾ, ਨੋਟਿਸ ਸੇਫ ਇੱਕ ਸੋਫਟਵੇਅਰ ਆਉਂਦਾ ਵਾ, ਅਗਰ ਉਹ ਡਿਲੀਟ ਵੀ ਕਰਦੇ ਨਾ, ਤੁਹਾਡੇ ਕੋਲ ਸੇਵ ਰਹਿਣਗੇ? ਵਟਸਐਪ ਤੇ ਨਹੀਂ ਸੀਗਾ, ਇਹ ਸੋਸ਼ਲ ਮੀਡੀਆ ਫੇਸਬੁੱਕ ਤੇ ਆ, ਫੇਸਬੁੱਕ ਤੇ ਵੀ ਸੇਵ ਰਹਿੰਦੇ ਨੇ ਭਾਜੀ। ਨਹੀਂ ਹੋ ਸਕਦਾ, ਕਮੈਂਟ ਕੀਤਾ ਸੀ, ਕਮੈਂਟ ਸੇਵ ਕੀਤਾ ਸੀਗਾ, ਚਲੋ ਮੈਨੂੰ ਨੌਲੇਜ ਨਹੀਂ ਗੀ, ਪਰ ਜੇ ਮੈਂ ਸਾਈਬਰ 'ਚ ਕੰਪਲੇਂਟ ਦੇਵਾਂ, ਜੇ ਮੈਂ ਕਢਾਉਣਾ ਚਾਹਵਾਂ ਤਾਂ ਕਢਾ ਸਕਦਾ, ਬਟ ਮੈਂ ਉਹਦਾ ਪਤਾ ਕੀਤਾ, ਇੱਕ 8000 ਤਨਖਾਹ ਤੇ ਵਿਚਾਰਾ ਜੋਬ ਕਰ ਰਿਹਾ, ਤੇ ਮੇਰਾ ਗਨਮੈਨ ਭਾਲ ਰਿਹਾ, ਮੇਰਾ ਮਨ ਨਹੀਂ ਮੰਨਿਆ ਕਿ ਮੈਂ ਇਹੋ ਜਿਹੇ ਮਾੜੇ ਬੰਦੇ ਨੂੰ ਦਬਾਵਾਂ, ਮੇਰੇ ਮਨ ਨੇ ਜਵਾਬ ਨਹੀਂ ਦਿੱਤਾ ਕਿ ਮੈਂ ਇਹੋ ਜਿਹੇ ਮਾੜੇ ਬੰਦੇ ਦੇ ਖਿਲਾਫ ਕੋਈ ਐਕਸ਼ਨ ਲਵਾਂ, ਮੇਰਾ ਜ਼ਮੀਰ ਜਾਗ ਰਿਹਾ, ਇਹਨਾਂ ਦੇ ਜ਼ਮੀਰ ਮਲ ਚੁੱਕੇ ਆ, ਮੇਰਾ ਜ਼ਮੀਰ ਜਾਗ ਰਿਹਾ। ਲੇਕਿਨ ਹੋ ਕੀ ਰਿਹਾ ਯਾਰ, ਤੇਰੇ ਕੋਲ ਪੁੱਛਾਂਗਾ, ਤੂੰ ਹਰ ਵਾਰ ਇਮੋਸ਼ਨਲ ਹੋ ਜਾਂਦਾ ਵਾ, ਵੀਡੀਓ ਵੀ ਗੱਲਬਾਤ ਵੀ ਕਰਦਾ, ਬੜੀ ਚੱਜ ਦੀ ਗੱਲ ਕਰਦਾ ਯਾਰ, ਤੇਰਾ ਇੰਟਰਵਿਊ ਕਰਨ ਦਾ ਮੈਨੂੰ ਸਵਾਦ ਵੀ ਆਊਗਾ, ਲੇਕਿਨ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਇਹ ਮਾਹੌਲ ਕਿੱਦਾਂ ਚਲਾ ਗਿਆ ਕਿ ਗਨਮੈਨ, ਤੂੰ ਤਾਂ ਨਹੀਂ ਗਨਮੈਨ ਲੈਣ ਦੀ ਕੋਸ਼ਿਸ਼? ਤੂੰ ਜਿੱਧਰ ਵੀ ਮੈਨੂੰ ਮਿਲਿਓ, ਮੈਂ ਧਾਰਮਿਕ ਮੁੱਦੇ ਤੇ ਬਹਿਣਾ ਵਾ ਨਾ, ਤੁਸੀਂ ਸਾਨੂੰ ਦੇਖਦੇ ਹੋ, ਸਾਡੇ ਸੰਗਠਨ ਨੂੰ ਦੇਖਦੇ ਹੋ, ਤੁਸੀਂ ਇਹਨਾਂ ਲੋਕਾਂ ਨੂੰ ਦੇਖਿਆ ਅੱਜ ਤੱਕ? ਸਿਰਫ ਇਹਨਾਂ ਜਵਾਬ ਦਿਓ, ਤੁਸੀਂ ਇਹਨਾਂ ਲੋਕਾਂ ਨੂੰ ਦੇਖਿਆ? ਇਹਨਾਂ ਲੋਕਾਂ ਦੀ ਦਿਲੀ ਇੱਛਾ ਸਿਰਫ ਇਹੀ ਹੈ, ਇਹ ਜਦੋਂ ਜੰਮੇ ਨਾ, ਜਦੋਂ ਪੈਦਾ ਹੋਏ ਉਸ ਤੋਂ, ਜਦੋਂ ਇਹਨਾਂ ਨੂੰ ਦੇਖਣ ਲੱਗ ਗਿਆ ਸ਼ਿਵ ਸੈਨਾ 'ਚ ਗਨਮੈਨ ਹੈ, ਇਹ ਕਦੇ ਕਿਸੇ ਸੰਗਠਨ 'ਚ ਹੁੰਦੇ ਆ, ਕਦੇ ਕਿਸੇ 'ਚ ਹੁੰਦੇ ਆ, ਕਦੇ ਕਿਸੇ 'ਚ ਹੁੰਦੇ ਆ, ਆਪਣਾ ਕਿਰਦਾਰ ਨਹੀਂ, ਇੱਕ ਸਾਲ ਦੇ ਅੰਦਰ 6 ਸੰਗਠਨ ਬਦਲਣ ਵਾਲੇ ਲੋਕ, ਹੁਣ ਇਹ ਸਾਨੂੰ ਉਂਗਲਾ ਕਰਨਗੇ ਤੁਸੀਂ ਗਨਮੈਨ ਨੂੰ ਕਰਦੇ ਹੋ? ਇਹਨੂੰ ਦੁੱਖ ਤਕਲੀਫ ਪਤਾ ਇਹਨਾਂ ਨੂੰ ਕੀ ਹੋਈ ਕਿ ਜਿਸ ਮੌਕੇ ਕਰਕੇ ਇਹ ਲੋਕ ਉਸ ਪਾਰਟੀ 'ਚ ਗਏ ਸੀ ਕਿ ਸਾਨੂੰ ਗਨਮੈਨ ਆਉਣਾ ਹੈ, ਉਹਦੇ ਹੀ ਪਾਰਟੀ ਵਿੱਚ ਉਹਨਾਂ ਲੋਕਾਂ ਤੋਂ ਚਿੱਟਾ ਫੜਿਆ ਗਿਆ, ਗਨਮੈਨ ਜਿਹਦਾ ਇੱਕ ਚਾਣਾ ਸੀ ਸਾਰੇ ਦੇ ਕੈਂਸਲ ਹੋ ਗਏ, ਇਹ ਦੁੱਖ ਤਕਲੀਫ ਬੋਲ ਰਹੀ ਨਹੀਂ। ਲੇਕਿਨ ਉਹਨਾਂ ਨੇ ਇਲਜ਼ਾਮ ਲਾਤੇ, ਉਹ ਫੋਟੋ ਦਿਖਾਈਆਂ ਗਈਆਂ ਕਿ ਪਹਿਲੇ ਤੁਹਾਡੀ ਪਾਰਟੀ ਸੀ, ਚਲੋ 10 ਦਿਨ ਰਿਹਾ ਗਿਆ ਸਾਡੀ ਪਾਰਟੀ 'ਚ, 10 ਦਿਨ ਰਿਹਾ, ਚਲੋ ਗਲਤੀ ਪੁੱਕੀ, ਅਗਲਾ ਆ ਗਿਆ, ਲੈ ਕੇ ਅਗਲੇ ਆਏ, ਮੈਂ ਨਾਲ ਆਊਂਗਾ ਨਾ, ਮੈਂ 20 ਬੰਦੇ ਨਾਲ ਲੈ ਕੇ ਆਊਂਗਾ, ਮੈਂ ਆਪਣੀ ਗਰੰਟੀ ਤਾਂ ਲੈ ਸਕਦਾ,
ਮੇਰਾ ਪ੍ਰਧਾਨ ਉਹ 20 ਬੰਦੇ ਦੀ ਗਰੰਟੀ ਲੈ ਸਕਦਾ। ਜੇਕਰ ਕੋਈ ਗਲਤ ਕਰੂਗਾ ਤਾਂ ਵੀ ਅਗਰ ਪ੍ਰਧਾਨ ਨਾ ਕੱਢੇ ਫਿਰ ਸਾਡੀ ਗਲਤੀ ਹੈ। ਅਗਲਾ ਗਲਤੀ ਨਾ ਆ ਅਸੀਂ ਕੱਢ ਕੇ ਬਾਹਰ ਮਾਰਿਆ ਅਸੀਂ ਕਿੱਥੇ ਗਲਤ। ਇਹਦੇ ਵਿੱਚ ਇੱਕ ਪੁਲਿਸ ਪਬਲਿਕ ਵੈਰੀਫਿਕੇਸ਼ਨ ਵੀ ਕਰਾ ਲੈਣੀ ਚਾਹੀਦੀ ਹੈ ਕਿਉਂਕਿ ਪਤਾ ਲੱਗ ਪੱਕੇ ਕਿ ਉਹ ਬੰਦਾ ਸੱਚਾ ਹੈ ਕਿ ਨਹੀਂ। ਠੀਕ ਹੈ ਚਲੋ ਚਲੋ ਇਹ ਗੱਲ ਆ ਜਾਂਦੇ ਆ। ਇਹਨਾਂ ਇਹ ਸਾਨੂੰ ਪਤਾ ਲੱਗ ਗਿਆ ਨਾ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਉਹ ਪਲਾਸਟਿਕ ਡੋਰ ਵੇਚਦਾ ਸੀ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਉਹ 400 ਵੀ ਦੇ ਠੱਗੀਆਂ ਕਰਦਾ ਸੀ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਉਹਦੀ ਜੇਬ 'ਚ ਫੀਮ ਹੈ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਇਹ ਲੋਕ ਗਨਮੈਨ ਹੀ ਭਾਲਦੇ ਆ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਜੀ ਸਮਾਜ ਸੇਵਕ ਸ਼ਿਵ ਸੈਨਾ ਕਰਦੇ ਆ। ਅੱਜ ਤੱਕ ਕੰਮ ਹੀ ਕਿਹੜਾ ਕੀਤਾ ਤੁਸੀਂ ਸ਼ਿਵ ਸੈਨਾ? ਆਪਸ ਵਿੱਚ ਕਿਉਂ ਫੰਡ ਪੈ ਗਿਆ ਤੁਹਾਡੇ ਅੰਦਰ? ਚਾਵਲਾ ਚਿਕਨ ਤਾਂ 5 ਲੱਖ ਲੈ ਲਿਆ ਜੀ ਤੁਸੀਂ, ਵਾਹ ਵੀ ਵਾਹ, ਕਿਹੜੀ ਜੇਬ 'ਚ ਪਾ ਲਿਆ? ਮੈਂ ਸੁਣੀ ਸੀ ਤੁਹਾਡੀ ਕੱਲ੍ਹ ਦੀ, ਕਿਹੜੀ ਜੇਬ 'ਚ ਪਾਇਆ ਸੀਗਾ? ਨਹੀਂ ਨਹੀਂ, ਚਾਵਲਾ ਚਿਕਨ ਦੇ ਖਿਲਾਫ਼ ਕੰਪਲੇਂਟ ਕਿਹਨੇ ਪਾਈ ਸੀ? ਉਹ ਟੋਪੀ ਵਾਲੇ ਨੇ ਜਿਹਦੇ 'ਤੇ ਪਰਚਾ ਹੋਇਆ ਸੀਗਾ, ਜਿਹਦੇ PO ਸੀਗਾ, ਠੀਕ ਹੈ ਨਾ, ਉਹੀ ਉਹਦੀ ਗੱਲ ਕਰਦੇ ਹੋ ਨਾ? ਕੰਪਲੇਂਟ ਚਾਵਲਾ ਚਿਕਨ 'ਚ ਉਹਦੇ ਪਾਈ, ਕੀ ਨਾਂ ਉਹਦਾ ਸੀਗਾ ਯਾਰ? ਹੇਮਾ ਠਾਕੁਰ ਨਹੀਂ ਰਹੀ ਭਾਰਦਵਾਜ ਨੇ ਅੱਜ ਚਾਵਲਾ ਚਿਕਨ ਨਾਲ। ਲੇਕਿਨ ਮੈਂ ਤੁਹਾਨੂੰ ਦਿਖਾ ਦੇਵਾਂ ਚਾਵਲਾ ਚਿਕਨ ਨਾਲ ਗੱਲ ਕੀਤੀ ਜਾ ਰਹੀ ਹੈ। ਬੰਬੇ ਸੀਗੇ, ਇਹ ਬੜਾ ਹਰ ਕਮੈਂਟ ਤੁਸੀਂ ਇਹਨਾਂ ਦੇ ਪੇੜੋ, ਹਿੰਮਤ ਠਾਕੁਰ, ਨੀਰਜ ਠਾਕੁਰ ਬੜੀ ਗੱਲ ਕਰਦੇ ਕਿ ਧੂਣੇ ਦੇ ਬਾਬਾ। ਇੱਕ ਮਿੰਟ ਭਾਜੀ, ਮੈਨੂੰ ਪੱਤਰਕਾਰਾਂ ਤੱਕ ਦੇ ਫੋਨ ਆਏ, ਉਹ ਤੁਹਾਡੇ ਕਿਹੜੇ ਬੰਦੇ ਯਾਰ ਉਹ ਚਾਵਲੇ ਵਾਲੇ ਕੋਲ ਪੈਸੇ ਮੰਗੀ ਜਾਂਦੇ ਆ? ਤਕਲੀਫ਼ ਹੁੰਦੀ ਹੈ ਨਾ, ਤਕਲੀਫ਼ ਹੁੰਦੀ ਹੈ, ਆਹ ਤਕਲੀਫ਼ ਸੀਗੀ। ਮੈਂ ਝਾੜੇ, ਮੈਂ ਕਿਹਾ ਆਹ ਕੀ ਡਰਾਮਾ ਫੜਿਆ ਤੁਸੀਂ ਲੋਕਾਂ ਨੇ? ਨਹੀਂ ਜੀ ਉੱਥੇ ਉਹ ਲਿਖਿਆ ਉਹ ਲਿਖਿਆ, ਚਲੋ ਸ਼ਹਿਰ ਦੀ ਸੰਸਥਾਵਾਂ ਪੈ ਗਈਆਂ, ਅਗਲੇ ਨੇ ਮਾਫ਼ੀ ਮੰਗ ਲਈ, ਅਗਲਾ ਕਹਿੰਦਾ ਜੀ ਜੋ ਹੋਇਆ ਗਲਤੀ ਨਾ ਹੋ ਗਿਆ ਸਾਡੇ ਕੋਲੋਂ, ਅੱਗੇ ਤੋਂ ਸਾਡੇ ਕੋਲ ਨਹੀਂ ਹੁੰਦਾ। ਅਗਲੇ ਨੇ ਮੰਦਰ ਆ ਕੇ ਮਾਫ਼ੀ ਮੰਗ ਲਈ, ਫਿਰ ਇਲਜ਼ਾਮ ਲਗਾਉਣੇ, ਇਹ ਸ਼ੋਭਾ ਨਹੀਂ ਦਿੰਦਾ, ਝੂਠੇ ਇਲਜ਼ਾਮ ਲਗਾਉਣੇ। ਜੀ ਜੀ ਇੱਕ ਗੱਲ ਦੱਸੋ ਕਿ ਤੁਸੀਂ ਬੱਸਾਂ ਵਾਲੇ ਦਾ ਸਟਿੰਗ ਕਰ ਸਕਦੇ ਹੋ? ਤੁਸੀਂ ਲੋਹੇ ਦੇ ਵਪਾਰੀ ਦਾ ਕਿਸੇ ਸਟਿੰਗ ਕਰ ਸਕਦੇ ਹੋ ਕਿ ਲੋਹਾ ਇੰਨਾ ਸਸਤਾ ਕਿਤੋਂ ਜਾ ਰਿਹਾ, ਬੱਸਾਂ 'ਚ ਸਵਾਰੀਆਂ ਨਹੀਂ ਬੈਠੀਆਂ? ਸਟਿੰਗ ਕਰ ਸਕਦੇ ਹੋ ਤੁਸੀਂ? ਕੋਈ ਪੁਲਿਸ ਅਫਸਰ ਬਣ ਕੇ, ਅਧਿਕਾਰੀ ਬਣ ਕੇ ਕਿਸੇ ਨਾਲ ਠੱਗੀ ਮਾਰ ਸਕਦੇ ਹੋ? ਵਿਸ਼ਾਲ ਮਾਰ ਸਕਦੇ ਹੋ? ਨਹੀਂ। ਇਹਨਾਂ 'ਚ ਕਈ ਐਸੇ ਲੋਕ ਨੇ ਜਿਹੜੇ ਸਭ ਕੁਝ ਕਰ ਸਕਦੇ ਨੇ, ਮਤਲਬ ਭੇਸ ਬਦਲ ਬੱਸਾਂ ਪੁਲਿਸ ਅਫਸਰ ਬਣ ਕੇ, ਅਧਿਕਾਰੀ ਬਣ ਕੇ ਸਭ ਕੁਝ ਕਰ ਸਕਦੇ ਨੇ। ਤੇ ਪੁਲਿਸ ਫੇਰ ਕਿੱਥੇ ਆ? ਪੁਲਿਸ ਜਾਂਚ ਕਰੇ, ਤਾਂ ਪੁਲਿਸ ਦਾ ਵਿਸ਼ਾ ਮੇਰਾ ਥੋੜ੍ਹੀ ਵਿਸ਼ਾ ਹੈ। ਮੈਂ ਕਹਿੰਦਾ ਚੱਲ ਕਾਹਨੂੰ ਕਿਸੇ ਦੇ ਮਾਂ ਦੇ ਪੁੱਤ ਨੇ ਕਾਹਨੂੰ ਫਿਰ ਦਿਖਾਉਣੇ ਅੱਗੇ 24-54 ਨਾੜ ਦੇ ਵਿੱਚ ਜੇਲ੍ਹ ਰਹਿ ਕੇ ਆ, ਅਤੇ 2-3 ਮਹੀਨੇ ਲਾ ਕੇ ਆ POC ਉਸ ਕੇਸ ਦੇ ਵਿੱਚ, ਇਸ ਕਰਕੇ ਛੱਡੋ, ਕੀ ਕਹਿਣਾ ਛੱਡੋ ਬਸ। ਲੇਕਿਨ ਸਮਾਜ ਹੁਣ ਜਾ ਕਿੱਧਰ ਹੈ? ਇੱਕ ਛੋਟਾ ਸਵਾਲ ਹੈ ਕਿ ਸ਼ਿਵ ਸੈਨਾ ਆਪਣੇ ਬਹਿਰੀ ਹੋ ਗਏ। ਐਕਚੁਅਲੀ ਕੀ ਹੈ ਪਤਾ ਕੀ ਗੱਲ ਹੈ, ਤੁਸੀਂ ਦੇ ਦਿਓ ਸ਼ਿਵ ਸੈਨਾ ਜੋ ਸਾਡੇ ਸ਼ਹੀਦਾਂ ਨੇ ਜਿਸ ਸੋਚ ਨਾਲ ਬਣਾਈ ਸੀ, ਸ਼ਿਵ ਸੈਨਾ ਦਾ ਗਠਨ ਜਿਹੜਾ ਸਾਡੀ ਸੋਚ ਦੇ ਨਾਲ, ਸ਼ਿਵਾਜੀ ਮਹਾਰਾਜ ਨਹੀਂ ਭਗਵਾਨ ਬੋਲੇ ਨਾ, ਪੰਜਾਬ 'ਚ ਜਦੋਂ ਸਥਾਪਨਾ ਹੋਈ ਸੀ ਨਾ ਭਗਵਾਨ ਭੋਲੇਨਾਥ ਨਾਲ ਹੋਈ ਸੀ, ਉਦੋਂ ਜਦੋਂ ਸਾਡੇ ਲੀਡਰ ਨੇ ਬਣਾਈ, ਜਗਜੀਤ ਸਿੰਘੜੀ ਜੀ, ਰਮਾਕਾਂਤ ਜਰੋਟਾ ਜੀ ਨੇ ਜਦੋਂ ਬਣਾਈ ਸੀ, ਉਹ ਸੋਚ ਸੀਗੀ ਵੀ ਪੰਜਾਬ 'ਚ ਜਦੋਂ ਹਿੰਦੂ ਛੱਡ ਕੇ ਜਾ ਰਿਹਾ ਸੀ ਨਾ, ਉਹਨੂੰ ਰੁਕਣ ਲਈ ਭਗਵਾਨ ਭੋਲੇਨਾਥ ਨੂੰ ਹਿੰਦੂ ਇਕੱਠਾ ਕੀਤਾ, ਅੱਤਵਾਦ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ, ਹਜ਼ਾਰਾਂ ਹੀ ਸ਼ਿਵ ਸੈਨਿਕਾਂ ਨੇ ਸ਼ਹੀਦੀਆਂ ਦਿੱਤੀਆਂ, ਸ਼ਹੀਦੀਆਂ ਦਿੱਤੇ, ਸ਼ਿਵ ਸੈਨਾ ਦਾ ਨਾਮ ਪੈਦਾ ਕੀਤਾ, ਇਹ ਲੋਕ ਕਲੰਕ ਨੇ। ਉਦੋਂ ਗਣਮੈਨ ਦੀ ਰਾਜਨੀਤੀ ਨਹੀਂ ਹੁੰਦੀ ਸੀਗੀ, ਹੁਣ ਤਾਂ ਜਿਹੜਾ ਆਉਂਦਾ ਨਾ ਸ਼ਿਵ ਸੈਨਾ ਨਾਮ ਤਾਂ ਕੀ ਹੈ ਭਾਜੀ, ਗਣਮੈਨ ਮਿਲ ਜੂਗਾ ਜਿਹੜਾ ਵੀ ਆਉਂਦਾ ਨਾ, ਕੋਈ ਤੁਸੀਂ ਸਮਝੋ ਵੀ ਬੜਾ ਵੱਡਾ ਸ਼ਾਹੂਕਾਰ ਆਇਆ ਤੁਹਾਡੇ ਕੋਲ ਸ਼ਾਮਿਲ ਹੋਣ ਆਇਆ ਨਾ, ਉਹ ਕਿਤੇ ਠੱਗੀ ਮਾਰ ਕੇ ਆਊਗਾ ਜਾਂ ਠੱਗੀ ਮਾਰਨ ਲੱਗਾ ਹੋਊਗਾ। ਮੈਨੂੰ ਇੱਕ ਹੋਰ ਗੱਲ ਦੱਸੋ, ਮੈਂ ਮਾਨ ਨੂੰ ਪੁੱਛਣਾ, ਮਾਨ ਇਹ ਥ੍ਰੈਟ ਆਉਂਦੀ ਕਿੱਦਾਂ? ਇਹ ਇੱਕ ਸੰਤ ਜਨਾ ਸੀ ਭਿੰਡਰਾਂ ਵਾਲੇ,
ਉਹਨਾਂ ਖਿਲਾਫ ਬੋਲ ਕੇ, ਜਾਂ ਇੱਕ ਛੋਟਾ ਸਵਾਲ ਹੈ ਮੇਰਾ, ਪੂਰਾ ਸੁਣੀਓ, ਕਿ ਉਹਨਾਂ ਨੂੰ ਬੋਲ ਕੇ ਜਾਂ ਚਾਵਲੇ ਨੂੰ ਬੋਲ ਕੇ ਜਾਂ ਪਨਵੰਤ ਸਿੰਘ ਪੰਨੂ ਨੂੰ ਬੋਲ ਕੇ ਉਹਨਾਂ ਖਿਲਾਫ ਹੀ ਬਿਆਨਬਾਜ਼ੀ ਆਉਂਦੀ, ਫਿਰ ਹੀ ਥਰੈਟ ਆਉਣੀ ਸ਼ੁਰੂ ਹੋ ਜਾਂਦੀ ਹੈ? ਅਗਰ ਉਹਨਾਂ ਖਿਲਾਫ ਬੋਲਿਆ ਨਹੀਂ ਜਾਊਗਾ ਤਾਂ ਥਰੈਟ ਕਿੱਥੋਂ ਆਊਗੀ? ਭਾਜੀ 8 ਤੋਂ 10 ਸਾਲ ਹੋ ਗਏ ਮੈਨੂੰ ਟੰਡਾ ਸਾਹਿਬ ਨਾਲ ਜੁੜਿਆ ਨੂੰ। ਇਸ ਉਮਰ ਦਾ ਸੀ ਜਦੋਂ ਮੈਂ ਭਾਜੀ ਕੋਲ ਆਇਆ ਸੀਗਾ, ਭਾਜੀ ਨੂੰ ਇਸ ਚੀਜ਼ ਦਾ ਪਤਾ, ਔਰ ਪੂਰੀ ਹਿੱਕ ਠਾਣ ਕੇ ਚੈਨਲ ਮੂਹਰੇ ਕਹਿ ਰਿਹਾ ਕਿ ਮੇਰਾ ਇੱਕ ਵੀ ਠੱਗੀ ਦਾ ਕੋਈ ਵਪਾਰ ਸਾਬਤ ਕਰ ਦਿਓ, ਪੂੰਜੀ ਥਾਂ ਬਹਿ ਜੂੰਗਾ। ਸੈਕਿੰਡ ਗੱਲ ਜਿਹੜੀ ਥਰੈਟ ਦੀ ਗੱਲ ਆ, 8 ਤੋਂ 10 ਸਾਲ ਹੋ ਗਏ ਸਿੱਖ ਸਮਾਜ 'ਚੋਂ ਹਾਂ, ਮੈਂ ਵੀ ਬਿਆਨਬਾਜ਼ੀ ਕਰਦਾ, ਮੈਨੂੰ ਤਾਂ ਅੱਜ ਤੱਕ ਕੋਈ ਥਰੈਟ ਨਹੀਂ ਆਈ। ਮੇਰੇ ਦਾਦੇ ਫਰੀਡਮ ਫਾਈਟਰ ਸੀਗੇ, ਮੈਂ ਉਹਨਾਂ ਦਾ ਪੋਤਾ, ਦੇਸ਼ ਦੀ ਆਜ਼ਾਦੀ 'ਚ ਲੜੇ ਮੇਰੇ ਦਾਦੇ, ਅਤੇ ਮੈਂ ਉਹਨਾਂ ਦਾ ਪੋਤਾ ਵਾਂ, ਅਤੇ ਸਾਡਾ ਤਾਂ ਪਿੱਛੋਂ ਤੋਂ ਹੀ ਚੱਲਦਾ ਆ ਰਿਹਾ ਵਾ, ਇਹਨਾਂ ਦਾ ਆਪ ਦਾ ਕੀ ਆ ਵਜੂਦ? ਸਾਨੂੰ ਤਾਂ ਕੋਈ ਇੱਦਾਂ ਦੇ ਥਰੈਟ ਨਹੀਂ। ਥਰੈਟ ਆਈ, ਇੱਦਾਂ ਦੀ ਇੰਟਰਵਿਊ ਦਿੱਤੀ ਸੀਗੀ ਪਹਿਲੀ ਵਾਰ। ਥਰੈਟ ਦੀ ਵੀ ਨਾ ਇੱਕ ਕਾਰਨ ਹੁੰਦਾ, ਇਹ ਲੋਕ ਥਰੈਟ ਕਿੱਦਾਂ ਲੈਂਦੇ ਨੇ, ਮੈਂ ਚਾਹਾਂਗਾ ਪੁਲਿਸ ਨੂੰ ਨਾ ਵੈਰੀਫਿਕੇਸ਼ਨ ਕਰਨੀ ਚਾਹੀਦੀ, ਥਰੈਟ ਕਿੱਦਾਂ ਲੈਂਦੇ ਨੇ। ਜਿਹੜੇ ਖਾਲਿਸਤਾਨ ਸਮਾਜ ਦੇ ਬੰਦੇ ਨੇ, ਚਲੋ ਆਪਣੀ ਆਪਣੀ ਸਭ ਦੀ ਸੋਚ ਹੁੰਦੀ ਹੈ, ਉਹ ਗਰੁੱਪ ਬਣਾਉਂਦੇ ਨੇ, ਗਾਲਾਂ ਕੱਢਦੇ ਨੇ, ਇੱਕ ਅੱਧਾ ਬੰਦਾ ਐਡ ਕਰ ਲੈਂਦੇ ਨੇ, ਪ੍ਰਧਾਨ ਐਡ ਹੋ ਗਿਆ, ਉਹ ਕਹਿੰਦਾ ਤੂੰ ਮੈਨੂੰ ਤਾਂ ਗਾਲ ਕੱਢਤੀ, ਹੁਣ ਮੈਂ ਇੱਕ ਨੰਬਰ ਪਾਉਣਾ ਇਹਨੂੰ ਗਾਲ ਕੱਢ ਕੇ ਦਿਖਾ, ਆਪ ਹੀ ਗਰੁੱਪ 'ਚ ਐਡ ਹੋ ਕੇ ਆਪ ਹੀ ਥਰੈਟ ਲੈ ਕੇ ਆਪ ਹੀ ਪੁਲਿਸ ਕੋਲ ਜਾਣਾ, ਇਹ ਮਰਦਾਨਗੀ ਹੈ ਤੁਹਾਡੀ? ਗਰੁੱਪ ਕ੍ਰੀਏਟ ਕੀਤੇ ਹੁੰਦੇ ਆਪ? ਮੈਨੂੰ ਨਹੀਂ ਪਤਾ ਕ੍ਰੀਏਟ ਕੀਤੇ ਹੁੰਦੇ, ਮੈਂ ਸਿਰਫ ਇੰਨਾ ਜਾਣਦਾ ਕਿ ਇਹ ਲੋਕ ਆਪਣੇ ਆਪ ਹੀ, ਕੋਈ ਕੁਛ ਲੋਕ ਆਪਣੇ ਆਪ ਹੀ ਗਰੁੱਪ 'ਚ ਨੰਬਰ ਐਡ ਕਰਵਾ ਕੇ ਆਪਣੇ ਆਪ ਨੂੰ ਗਾਲਾਂ ਕਢਵਾ ਕੇ ਆਪ ਉਹਨਾਂ ਦੇ। ਮੈਂ ਦੱਸਦਾ ਕੀ ਹੁੰਦਾ, ਤੁਸੀਂ ਦੱਸੋ। ਇਹ ਨਾ ਮੈਂ ਦੇਖੋ, ਮੈਨੂੰ ਹੋ ਗਏ ਸਨ 82 ਤੋਂ ਜਦੋਂ ਸ਼ਿਵ ਸੈਨਾ ਦਾ ਜਨਮ ਹੋਇਆ, ਉਦੋਂ ਦੇ ਅਸੀਂ ਜਗਦੀਸ਼ ਤਾਂਗੜੀ ਜੀ ਨਾਲ, ਸਾਰਿਆਂ ਨਾਲ ਪੁਰਾਣੇ ਸਾਡੇ ਜਿਹੜੇ, ਜਿਨ੍ਹਾਂ ਨੇ ਇਹ ਸ਼ਹੀਦੀਆਂ ਦੇ ਕੇ ਨਾਮ ਪੈਦਾ ਕੀਤਾ ਪੰਜਾਬ 'ਚ ਸ਼ਿਵ ਸੈਨਾ, ਉਹਨਾਂ ਨਾਲ ਚੱਲਦੇ ਆ ਰਹੇ ਹਾਂ। ਦੇਖੋ ਇਹ ਕਿੱਦਾਂ ਹੁੰਦਾ, ਮੈਨੂੰ ਨਹੀਂ ਆਈ ਥਰੈਟ, ਜਿਹੜੀਆਂ 2-4 ਆਈਆਂ ਉਹ ਪੁਲਿਸ ਨੂੰ ਪਤਾ ਸੀਗੀਆਂ, ਉਹਨਾਂ ਨੇ ਆਪ ਇੰਟਰਸੈਪਟ ਕੀਤੀਆਂ, ਸਾਰਾ ਕੁਝ ਕੀਤਾ। ਜਿਹੜੀਆਂ ਆਉਂਦੀਆਂ, ਜਿਹੜਾ ਇਹ ਜਾਂਦੇ ਆ ਨਾ ਕਿ ਸਾਨੂੰ ਧਮਕੀ ਆਈ, ਮੈਨੂੰ ਧਮਕੀ ਆਈ, ਪੁਲਿਸ ਨੂੰ ਪਹਿਲਾਂ ਪਤਾ ਲੱਗੂਗਾ ਜਾਂ ਮੈਨੂੰ ਪਤਾ ਲੱਗੂ? ਪੁਲਿਸ ਨੂੰ ਪਤਾ ਲੱਗੂਗਾ ਨਾ, ਏਜੰਸੀਆਂ ਨੂੰ ਪਹਿਲਾਂ ਪਤਾ ਲੱਗੂਗਾ, ਮੇਰੇ ਕੋਲ ਤਾਂ ਉਹ ਤੰਤਰ ਨਹੀਂ ਹੈਗਾ ਨਾ, ਉਹਨਾਂ ਕੋਲ ਤੰਤਰ ਹੈ। ਇਹ ਕਿੱਦਾਂ ਜਾਂਦੇ ਆ? ਇੱਕ ਵਟਸਐਪ ਗਰੁੱਪ ਅੱਤਵਾਦੀਆਂ ਦੇ ਬਣੇ ਹੋਏ, ਅੱਜ ਕੱਲ੍ਹ ਮਸੈਂਜਰ ਚੱਲਦਾ, ਮਸੈਂਜਰ, ਉਹਦੇ ਵਿੱਚ ਇਹਨਾਂ ਨੂੰ ਐਡ ਕਰ ਲੈਂਦੇ, ਇੱਕ ਨੂੰ ਗਲਤੀ ਨਾਲ ਕੋਈ ਐਡ ਹੋ ਗਿਆ, ਫਿਰ ਉਹ ਪਤਾ ਹੀ ਕਹਿੰਦਾ ਆ ਸਾਡਾ ਸ਼ੇਰ ਆ, ਮੈਂ ਨੰਬਰ ਪਾਇਆ, ਤੂੰ ਇਹਨੂੰ ਗਾਲ ਕੱਢ ਕੇ ਦਿਖਾ, ਤੇਰੀ ਇਹ ਕਰ ਦੂੰ, ਤੇਰੀ ਵੋ ਕਰ ਦੂੰ, ਬਸ ਇੱਧਰ ਹੀ ਜਾ ਕੇ ਆਪਣੇ ਮੈਸੇਜ ਡਿਲੀਟ ਕਰ ਦੇਣੇ, ਜਿਹੜੇ ਆਪਾਂ ਗਾਲ ਕੱਢੀ ਉਹ ਆਪਾਂ ਡਿਲੀਟ ਕਰਤੀ, ਉਹਨਾਂ ਦੀ ਗਾਲਾਂ ਦਿਖਾ। ਅੱਛਾ ਫਿਰ ਹੁਣ ਹੁੰਦਾ ਕੀ ਆ, ਹੁੰਦਾ ਕੀ ਆ, ਉਧਰ ਵੀ ਤਾਂ ਉਹ ਸਿਸਟਮ ਹੈਗਾ ਨਾ, ਉਹ ਕੋਈ ਨਾ ਕੋਈ ਐਵੇਂ ਹੀ, ਮੰਨ ਲਓ ਕੋਈ ਵਿਚਾਰਾ ਕੇਸਧਾਰੀ ਵਿਚਾਰਾ ਬਾਹਰੋਂ ਨਿਕਲ ਗਿਆ, ਉਹਦੀ ਆਪਾਂ ਵੀਡੀਓ ਲਾਏ ਹੋਏ ਆ ਕੈਮਰੇ, ਉਹ ਲੈ ਕੇ ਆਪਾਂ ਬੋਲ, ਆਹ ਦੇਖੋ ਜੀ ਮੇਰੀ ਰਾਕੀ ਹੋ ਗਈ, ਮੇਰੀ ਰਾਕੀ ਹੋ ਗਈ, ਮੇਰੀ ਰਾਕੀ ਹੋ ਗਈ, ਹੁੰਦੀ ਥਰੈਟ। ਬਿਲਕੁਲ, ਇਹ ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰ ਸਾਡੇ ਨਾਲ ਮੌਜੂਦ ਸੀ, ਜਿਹੜੇ ਇਹਨਾਂ ਦੇ ਉੱਤੇ ਇਲਜ਼ਾਮ ਲਗਾਏ, ਉਹਨਾਂ ਨੇ ਖੰਡਨ ਕੀਤਾ। ਇੱਕ ਗੱਲ ਹੋਰ ਵੀ ਹੈ, ਸ਼ਿਵ ਸੈਨਾ ਦਾ ਨਾਮ ਬਦਨਾਮ ਨਾ ਕਰੋ, ਗੱਲ ਜਿਸ ਰਾਜਨੀਤੀ ਦੀ ਤੁਸੀਂ ਕਮਾਈ ਖਾਂਦੇ ਹੋ ਉਹਦੇ ਲਈ ਕੰਮ ਵੀ ਕਰ ਲਓ, ਜਿਸ ਧਰਮ ਦੀ ਤੁਸੀਂ ਕਮਾਈ ਖਾਂਦੇ ਹੋ ਉਹਦੇ ਲਈ ਕੰਮ ਵੀ ਕਰ ਲਓ, ਮਜ਼ਾ ਤਾਂ ਹੀ ਹੈ। ਦੇਖੋ ਮੇਰੇ ਸੰਗਠਨ 'ਚ ਕੋਈ ਗਲਤ ਬੰਦਾ ਤਾਂ ਮੇਰਾ ਫਰਜ਼ ਬਣਦਾ ਵੀ ਮੈਂ ਉਹਨੂੰ ਪਾਰਟੀ 'ਚੋਂ ਬਾਹਰ ਕੱਢਾਂ। ਅਗਰ ਕਿਸੇ ਦੇ ਸੰਗਠਨ 'ਚ ਵੀ ਬੰਦਾ ਗਲਤ ਹੈ, ਚੈੱਕ ਮਲੇਸ਼ ਭਾਰਦਵਾਜ ਜੀ ਦੇ ਗਰੁੱਪ 'ਚ ਬੰਦਾ ਗਲਤ ਹੈ, ਉਹਨਾਂ ਨੂੰ ਚਾਹੀਦਾ ਬਾਹਰ ਕੱਢੇ, ਬੰਦਾ ਬਾਹਰ ਕੱਢਣਾ ਚਾਹੀਦਾ। ਕੋਈ ਇਹ ਨਹੀਂ ਮੇਰੇ ਗਰੁੱਪ 'ਚ ਬੈਠਾ ਬੰਦਾ ਬਾਹਰ ਭੇਜਣ ਦੇ ਨਾਮ 'ਤੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ, ਕੋਈ ਇਹ ਨਹੀਂ ਮੇਰੇ ਗਰੁੱਪ 'ਚ ਬੰਦਾ ਬੈਠਾ ਲੋਨ ਦਲਾਨ ਦੇ ਨਾਮ 'ਤੇ ਨਾਲ ਠੱਗੀਆਂ ਮਾਰ ਰਿਹਾ, ਇੱਦਾਂ ਦੀ ਗੱਲ ਨਹੀਂ ਚਾਹੀਦੀ। ਨਿਤੀਸ਼ ਕਈ ਤੋਂ ਕੁਛ ਲਿਖਤਾ ਸੀ? ਹਾਂਜੀ, ਨਿਤੀਸ਼ ਕਈ ਤੋਂ ਇੱਕ ਸਵਾਲ ਰਹਿ ਗਿਆ ਸੀ ਮੇਰੇ ਦਿਮਾਗ 'ਚ ਆ ਗਿਆ। ਹਾਂਜੀ ਹਾਂਜੀ, ਨਿਤੀਸ਼ ਕਈ ਤੋਂ? ਬਿਲਕੁਲ, ਨਿਤੀਸ਼ ਕਈ ਕੋਈ ਸ਼ਿਵ ਸੈਨਾ ਦਾ ਨਹੀਂ ਹੈਗਾ ਨਾ, ਜਿਹੜਾ ਵੀ ਹੁੰਦਾ ਵਿਅਕਤੀ ਗਲਤ ਕਰਦਾ। ਅੱਛਾ ਤੁਹਾਨੂੰ ਨਿਤੀਸ਼ ਕਈ ਦੀ ਗੱਲ ਕਰਦੇ ਹੋ, ਟਰੈਵਲ ਏਜੰਸੀਆਂ ਦੀ ਗੱਲ, ਟਰੈਵਲ ਏਜੰਟਾਂ ਠੱਗਾਂ ਠੱਗੀਆਂ ਮਾਰਦੇ ਨੇ, ਉਹਦਾ ਵਿਰੋਧ ਵੀ ਕਿਹਨੇ ਕੀਤਾ? ਸ਼ਿਵ ਸੈਨਾ ਪੰਜਾਬ ਨੇ ਕੀਤਾ ਨਾ, ਕਿਸੇ ਹੋਰ ਨੇ ਕੀਤਾ? ਦੱਸਣਾ, ਮਾਂ ਕਾਲੀ ਦਾ ਮੰਦਰ, ਵਿਸ਼ਕਰਮਾ ਚੌਂਕ ਦੇ ਮੰਚੇ ਮਾਂ ਕਾਲੀ ਦੀ ਮੂਰਤੀ ਤੋੜ ਦਿੱਤੀ ਜਾਂਦੀ ਹੈ, ਉੱਥੇ ਕੌਣ ਪਹੁੰਚਦਾ? ਸਿਰਫ ਸ਼ਿਵ ਸੈਨਾ ਪੰਜਾਬ ਪਹੁੰਚਦੀ ਹੈ। ਉਹ ਮਤਲਬ ਸਿਰ
ਗਊਮਾ ਦਾ ਸਿਰ ਵੱਢ ਦਿੱਤਾ ਜਾਂਦਾ ਤਾਂ ਕੌਣ ਪਹੁੰਚਦਾ? ਉੱਥੇ ਵੀ ਜਿਸ ਤਰ੍ਹਾਂ ਪੰਜਾਬ ਪਹੁੰਚਦੀ ਹੈ। ਅਗਰ ਲੁਧਿਆਣੇ ਸ਼ਹਿਰ 'ਚ ਮੰਦਰ ਤੋੜ ਦਿੱਤਾ ਜਾਂਦਾ, ਅਗਰ ਉਸ ਲੜਾਈ ਦਾ ਆਗਾਜ਼ ਕਰਦੀ ਹੈ ਤਾਂ ਸ਼ਿਵ ਸੈਨਾ ਪੰਜਾਬ ਹੀ ਕਰਦੀ, ਸਾਰੇ ਹਿੰਦੂ ਸਮਾਜ ਨੂੰ ਲੈ ਕੇ ਹਿੰਦੂ ਸਿੱਖ ਮੋਰਚੇ ਦੇ ਬੈਨਰ ਹੇਠ। ਦੱਸੋ ਨਾ ਮੇਰੀ ਗੱਲ, ਉਦੋਂ ਸੰਘਰਸ਼ ਕੌਣ ਕਰਦਾ? ਕੋਈ ਐਸਾ ਹੀ ਕੰਮ ਤਾਂ ਦਿਖਾ ਦੇਣ ਵੀ ਅਸੀਂ ਲੋਕਾਂ ਨੇ ਸਮਾਜ ਲਈ ਕੀਤਾ, ਧਰਮ ਲਈ ਕੀਤਾ। ਗੱਲ ਕਹਿ ਕੇ ਵੀ ਅਸੀਂ ਹੁਣ ਵੀ ਸੁਣੋ, ਇਹਨਾਂ ਦੇ ਲੀਡਰ ਕਹਿੰਦੇ ਅਸੀਂ ਨਸ਼ੇ ਦੇ ਖਿਲਾਫ਼ ਅਸੀਂ ਕੰਮ ਕਰਾਂਗੇ। ਕਿਹਦੀ ਅਗਵਾਈ 'ਚ ਕਰਾਂਗੇ? ਰਾਣਾ ਗੁਰਜੀਤ ਦੀ ਅਗਵਾਈ 'ਚ ਕਰਾਂਗੇ। ਉਹ ਮਤਲਬ ਉਹੀ ਫੜਿਆ ਜਾਂਦਾ ਨਸ਼ਾ ਵੇਚਦਾ ਹੋਇਆ। ਉਹ ਮੈਨੂੰ ਉਹਨੇ ਇੱਕ ਫੋਰਸ ਫਿਲਮ ਦੇਖੀ ਸੀਗੀ ਮੈਂ ਹਿੰਦੀ ਦੀ, ਜੌਨ ਬ੍ਰਾਇਮ ਦੀ। ਉਹਦੇ 'ਚ ਨਾ ਇੱਕ ਗਰੁੱਪ ਹੁੰਦਾ, ਉਹ ਪਹਿਲਾਂ ਤਾਂ ਨਸ਼ੇ ਸੱਤ ਇੱਕ ਮੁਖਬਰ ਭੇਜ ਕੇ ਆਪਣੇ ਬੰਦਾ ਪੁਲਿਸ ਕੋਲ ਭੇਜ ਕੇ ਸਾਰੇ ਨਸ਼ਾ ਤਸਕਰ ਚੁਕਾ ਦਿੰਦਾ, ਠੀਕ ਹੈ। ਬਾਅਦ 'ਚ ਕਹਿੰਦਾ ਨਸ਼ਾ ਮਾਰਕੀਟ ਖਤਮ ਹੋ ਗਿਆ, ਹੁਣ ਆਪਣਾ ਦਾਮ ਖੁੱਲ੍ਹ ਕੇ ਵੇਚ ਦਿਉ। ਉਹ ਲੱਗੀ ਮੈਨੂੰ ਤਾਂ ਗੱਲ ਸਮਝ ਤੋਂ ਬਾਹਰ। ਬਿਲਕੁਲ, ਇਹ ਸਾਡੇ ਨਾਲ ਰਾਜੀਵ ਟੰਡਨ ਸੀਗੇ, ਜਿਨ੍ਹਾਂ ਨੇ ਸਾਫ਼ ਜਿਹੜੇ ਇਹਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਸੀਗੇ ਦੂਜੀ ਸ਼ਿਵ ਸੈਨਾ ਵੱਲੋਂ। ਦੋ ਗੱਲ ਹੋਰ ਦੱਸਾਂ, ਇੱਕ ਗੱਲ ਕਹਿਣਾ ਚਾਹੁੰਦਾ, ਹੁਣ ਤਾਂ ਸ਼ਰਮ ਆਉਣ ਲੱਗ ਗਈ, ਹੁਣ ਤਾਂ ਸ਼ਰਮ ਆਉਣ ਲੱਗ ਗਈ। ਦਿਲ ਕਰਦਾ ਵੀ ਸ਼ਿਵ ਸੈਨਾ ਦੀ ਰਾਜਨੀਤੀ ਛੱਡ ਦਈਏ, ਜਿਸ ਹਿਸਾਬ ਦੇ ਜਿਹੜੇ ਹਾਲਾਤ ਬਣ ਗਏ ਨੇ। ਸ਼ਿਵ ਸੈਨਾ ਮਤਲਬ ਗਨਮੈਨ, ਸ਼ਿਵ ਸੈਨਾ ਮਤਲਬ ਠੱਗੀਆਂ ਦਾ ਘਰ, ਸ਼ਿਵ ਸੈਨਾ ਮਤਲਬ ਸਮਝੋ ਬਾਹਰ ਭੇਜਣ ਨਾਲ ਠੱਗੀਆਂ ਦਾ ਘਰ, ਸ਼ਿਵ ਸੈਨਾ ਮਤਲਬ ਲੋਨ ਵਾਂਗ ਠੱਗੀਆਂ ਨਾਲ, ਸ਼ਿਵ ਸੈਨਾ ਮਤਲਬ ਨਸ਼ਾ ਵੇਚਣ ਦਾ ਘਰ। ਮੈਂ ਮਾਫ਼ੀ ਚਾਹਾਂਗਾ ਸਾਰੇ ਪੰਜਾਬ ਵਾਸੀਆਂ ਵੱਲੋਂ, ਸੋ ਸ਼ਹੀਦਾਂ ਤੋਂ ਵੀ ਮਾਫ਼ੀ ਚਾਹਾਂਗਾ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸ਼ਿਵ ਸੈਨਾ ਦਾ ਨਾਮ ਪੈਦਾ ਕੀਤਾ। ਵੀ ਜੋ ਹਾਲਾਤ ਅੱਜ ਬਣੇ ਹੈ ਉਹਦੇ ਲਈ ਮੈਂ ਦਿਲੋਂ ਮਾਫ਼ੀ ਮੰਗਦਾ। ਬਿਲਕੁਲ, ਰਜੀਤ ਟੰਡਨ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਨੇ ਕਿਹਾ ਕਿ ਸ਼ਿਵ ਸੈਨਾ ਇੱਕ ਸ਼ਿਵ ਦੇ ਨਾਮ ਦੇ ਨਾਲ ਜੁੜਿਆ ਹੋਇਆ ਇੱਕ ਸ਼ਿਵ ਸੈਨਾ ਬਣਾਈ ਗਈ ਸੀਗੀ, ਜਿਸ ਨੂੰ ਪੰਜਾਬ ਦੇ ਵਿੱਚ ਉਸ ਦੌਰ 'ਤੇ ਬਣਾਈ ਗਈ ਸੀ ਜਦੋਂ ਹਿੰਦੂ ਪਲੈਨ ਕਰ ਰਹੇ ਸੀਗੇ, ਲੇਕਿਨ ਅੱਜ ਨੂੰ ਉਹ ਸ਼ਿਵ ਸੈਨਾ ਕਿਤੇ ਨਾ ਕਿਤੇ ਮਾਯੂਸ ਨਜ਼ਰ ਆਏ। ਰਾਜੀਵ ਜੀ, ਕਿ ਉਹਨਾਂ ਨੇ ਸਾਫ਼ ਕੀਤਾ, ਕਿਤੇ ਅੱਜ ਮੇਰਾ ਸ਼ਿਵ ਸੈਨਾ ਹੁਣ ਛੱਡਣ ਦਾ ਮਨ ਕਰਦਾ, ਕਰਨ ਦਾ ਮਨ ਨਹੀਂ ਕਰਦਾ, ਇਸ ਕਰਕੇ ਕਿ ਹੁਣ ਸਮਾਜ ਜਾ ਕਿੱਧਰ ਰਿਹਾ, ਕਿ ਸ਼ਿਵ ਸੈਨਾ ਵਾਲੇ ਸ਼ਿਵ ਸੈਨਾ ਨਾਲ ਲੜ ਰਹੇ ਨੇ, ਲੇਕਿਨ ਨਸ਼ੇ ਦਾ ਵਪਾਰ ਕਰਨ ਵਾਲੇ ਸ਼ਿਵ ਸੈਨਾ ਦੇ ਵਿੱਚ ਸਰਗਰਮ ਨੇ ਅਤੇ ਨਸ਼ੇ ਦਾ ਵਪਾਰ ਕਰਦੇ ਨੇ। ਲੇਕਿਨ ਇਹ ਵੱਡਾ ਖੁਲਾਸਾ ਪੰਜਾਬ ਪੁਲਿਸ ਵੱਲੋਂ ਲੁਧਿਆਣਾ ਪੁਲਿਸ ਵੱਲੋਂ ਕੀਤਾ ਗਿਆ ਸੀਗਾ, ਲੇਕਿਨ ਇੱਕ ਫਰਮਾਨ ਵੀ ਆ ਗਿਆ ਵਾ DGP ਵੱਲੋਂ, ਹਾਈ ਕੋਰਟ ਵੱਲੋਂ, ਅਗਰ ਸਿਕਿਉਰਿਟੀ ਉਹਨਾਂ ਨੂੰ ਦਿੱਤੀ ਜਾਊਗੀ, ਅਗਰ 3 ਲੱਖ ਦੀ ਇਨਕਮ ਜਿੰਨਾ ਦੀ ਹੋਊਗੀ ਤਾਂ ਉਹ ਪੇ ਕਰਨਗੇ, ਅਗਰ ਨਹੀਂ ਹੈਗੀ ਤਾਂ ਉਹ ਥ੍ਰੈਟ ਦੇਖੇ ਜਾਣਗੇ ਇਹਨਾਂ ਜੈਨੂਨ ਹੈ ਕਿ ਨਹੀਂ, ਫਿਰ 3 ਮਹੀਨੇ ਬਾਅਦ ਫਿਰ ਉਹ ਚੀਜ਼ ਦੇਖੀ ਜਾਊਗੀ। ਆਵਾਮ ਜਿਹੜੀ ਆ ਹੁਣ ਆਪ ਸੋਚੇ ਕਿ ਕਿਸ ਦੇ ਨਾਲ ਚੱਲਣਾ, ਕਿਸ ਦੇ ਨਾਲ ਨਹੀਂ ਚੱਲਣਾ, ਕਿਉਂਕਿ ਆਖਿਰ ਕਈ ਸ਼ਿਵ ਸੈਨਾ ਇੱਟ ਪੱਟ ਕੇ ਬਣ ਜਾਂਦੀਆਂ ਨੇ, ਭੋਲੇ ਸ਼ੰਕਰ ਦਾ ਨਾਮ ਅਤੇ ਵਜੂਦ ਨੂੰ ਠੇਸ ਪਹੁੰਚਦੀ ਹੈ। ਇਸ ਕਰਕੇ ਇਹ ਕਿਹਾ ਜਾਊਗਾ ਕਿ ਇਲਜ਼ਾਮ ਲਗਾਉਣ ਵਾਲੇ ਜਿਸ ਪਾਰਟੀ ਦੇ ਵਿੱਚ ਰਹਿੰਦੇ ਨੇ, ਫਿਰ ਉਹ ਪਾਰਟੀ ਦੇ ਵਿੱਚ ਰਹਿ ਕੇ ਵੀ ਕਿਤੇ ਨਾ ਕਿਤੇ ਉਹਨਾਂ ਧੋਖਾਧੜੀ ਕੀਤੀ ਹੋਊਗੀ, ਉਹ ਧੋਖਾਧੜੀ ਅੱਜ ਸਾਹਮਣੇ ਆ ਗਈ, ਅਤੇ ਇਸ ਕਰਕੇ ਉਹਨਾਂ ਨੇ ਬਿਆਨਬਾਜ਼ੀ ਦੇਣੀ ਸ਼ੁਰੂ ਕਰਤੀ। ਲੁਧਿਆਣਾ ਦਾ ਕੈਮਰਾਮੈਨ ਧਰਮੇ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਈ।